ਸਾਡਾ ਇਹ ਮੁੱਦਾ ਇਹ ਹੈ ਵੀ ਇੱਕ ਇੱਕ ਇੱਥੇ ਮੋਹਾਲੀ ਏਰੀਏ ਦੇ ਵਿੱਚ ਇੱਕ ਗੈਂਗ ਆਪਰੇਟ ਕਰ ਰਿਹਾ ਸੀਗਾ ਜਿਹੜਾ ਕਿ ਹਨੀ ਟ੍ਰੈਪ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਹਨੀ ਟ੍ਰੈਪ ਲਾ ਕੇ ਆਮ ਲੋਕਾਂ ਨੂੰ ਲੁੱਟਦੇ ਸੀ ਬੇਸਿਕਲੀ ਇੱਕ ਜਸਟ ਡਾਇਲ ਤੇ ਇਹਨਾਂ ਦਾ ਜਿਹੜਾ ਮੋਡਸ ਫਰੈਂਡੀ ਸੀ ਵੀ ਜਸਟ ਡਾਇਲ ਐਪ ਹੈ ਉਹਦੇ ਤੇ ਇੱਕ ਇਹਨਾਂ ਨੇ ਰੱਖਿਆ ਹੁੰਦਾ ਸੀ ਐਸਕੌਰਟ ਸਰਵਿਸਿਸ ਐਸਕੌਰਟ ਸਰਵਿਸਿਸ ਦੇ ਨਾਮ ਤੇ ਇਹ ਕਾਲ ਕਰਦੇ ਸੀਗੇ ਤੇ ਉਹ ਉਹਦਾ ਸਿਸਟਮ ਕੀ ਹੈ ਵੀ ਜਦੋਂ ਕਾਲ ਜਾਂਦੀ ਹੈ ਤੇ ਇਹ ਫਿਰ ਵਾਪਸ ਬੰਦੇ ਨੂੰ ਕਾਲ ਕਰਦੇ ਸੀਗੇ ਤੇ ਉਹਦੇ ਤੇ ਅਟਰੈਕਟਿਵ ਆਪਣੀਆਂ ਗਰਲਸ ਦੀਆਂ ਫੋਟੋ ਭੇਜਦੇ ਸੀ ਉਹਦੇ ਵਿੱਚ ਫਿਰ ਇਹ ਬੰਦਾ ਜਿਹੜਾ ਬ੍ਰੋਕਰ ਲੜਕੀਆਂ ਨੂੰ ਸਿਲੈਕਟ ਕਰਾਉਂਦਾ ਸੀਗਾ ਜਿਹੜੀ ਲੜਕੀ ਸਿਲੈਕਟ ਕਰਕੇ ਤੇ ਉਹ ਇੱਕ ਦਿੱਤੇ ਹੋਏ ਪਲੇਸ ਤੇ ਬੁਲਾਇਆ ਜਾਂਦਾ ਸੀਗਾ ਜੀ ਉਹ ਜਦੋਂ ਬੁਲਾਉਂਦੇ ਸੀਗੇ ਤੇ ਉੱਥੇ ਉਹ ਲੜਕੀ ਜਿਹੜੀ ਦੀ ਫੋਟੋ ਹੁੰਦੀ ਸੀ ਉਹ ਲੜਕੀ ਨਾ ਹੋਣ ਕਰਕੇ ਉਹ ਆਪਸ ਚ ਉਲਝ ਜਾਂਦੇ ਸੀਗੇ ਜੀ ਤੇ ਉਹ ਜਾਣ ਕੇ ਉਲਝਦੇ ਚ ਆਨ ਰੋਡ ਹੀ ਉਦੋਂ ਪਿੱਛੋਂ ਇਹ ਜਿਹੜੇ ਲੜਕੇ ਹੈ ਉਹ ਆਉਂਦੇ ਸੀਗੇ ਤੇ ਜਿਹੜੇ ਵੀ ਉਹਦੇ ਕੋਲ ਬੰਦੇ ਕੋਲ ਪੈਸੇ ਤੇ ਮੋਬਾਈਲ ਸਾਰੇ ਲੁੱਟ ਖੋਹ ਕਰ ਲੈਂਦੇ ਸੀਗੇ ਕਿੰਨੇ ਮੈਂਬਰ ਸੀਗੇ ਗੈਂਗ ਦੇ ਇਹ ਟੋਟਲ 7 ਮੈਂਬਰ ਹੈ ਇਹਦੇ ਵਿਚ 2 ਲੜਕੀਆਂ ਸੀ 5 ਲੜਕੇ ਸੀਗੇ ਉਹਦੇ ਅਸੀਂ ਤੁਹਾਨੂੰ ਪ੍ਰੈਸ ਨੋਟ ਦੇ ਵਿਚ ਇਹਨਾਂ ਦੇ ਕਲਪਨਿਕ ਨਾਮ ਹੈ ਪ੍ਰੀਤੀ ਤੇ ਸਵੀਟੀ ਬੇਸਿਕਲੀ ਕਿੱਥੇ ਰਹਿਣਗੇ ਇਹ ਬੇਸਿਕਲੀ ਜਿਹੜੇ ਹੈਗੇ ਆ ਸਾਰੇ ਇੱਕ ਸੰਗਰੂਰ ਤੋਂ ਹੈ ਜੀ 2 ਤਰਨ ਤਾਰਨ ਤੋਂ ਹੈ ਤੇ 2 ਲੜਕੀਆਂ ਜਿਹੜੀਆਂ ਅਸੀਂ ਇੱਥੇ ਕੁੰਬੜੇ ਪੀਜੀ ਵਗੈਰਾ ਚ ਰਹਿੰਦੇ ਸੀ ਇਹ ਜ਼ਿਆਦਾਤਰ ਮੋਹਾਲੀ ਤੇ ਹੀ ਇਹਨਾਂ ਦਾ ਟਾਰਗੇਟ ਸੀ ਤੇ ਇੱਥੇ ਹੀ ਇਹਨਾਂ ਦਾ ਇੱਕ ਕੀ ਕਹਿੰਦੇ ਰੋਡ ਤੇ ਹੀ ਸਾਰਾ ਉਹ ਕਰਦੇ ਕਿਉਂਕਿ ਬੇਸਿਕਲੀ ਕਦੀ ਇਹਨਾਂ ਨੇ ਹੋਟਲ ਇਸ ਕਰਕੇ ਹੋਟਲ ਯੂਜ਼ ਨਹੀਂ ਕਰਦੇ ਸੀ ਕਿਉਂਕਿ ਇਹਨਾਂ ਨੇ ਬੇਸਿਕਲੀ ਲੁੱਟ ਖੋਹੀ ਕਰਨੀ ਸੀ ਹੋਟਲ ਵਗੈਰਾ ਨਹੀਂ ਇਹ ਰੋਡ ਤੇ ਹੀ ਆਪਣਾ ਚੱਲਦੇ ਸੀ ਜਿੱਦਾਂ ਕੁੰਬੜੇ ਬੁਲਾ ਕੇ ਜਿੱਦਾਂ ਜਿੱਥੇ ਜਿਹੜੀ ਸਾਡੀ ਵਾਰਦਾਤ ਹੈ ਜਿਹੜੇ 8 ਫੇਸ ਥਾਣੇ ਦੀ ਵਾਰਦਾਤ ਸੀ ਉਹਦੇ ਵਿੱਚ ਕੁੰਬੜੇ ਬੁਲਾ ਕੇ ਫਿਰ ਉਹ ਗ੍ਰੇਸ਼ੀਅਨ ਹਸਪੀਟਲ ਦੇ ਕੋਲ ਉਹਦੇ ਨਾਲ ਉਲਝੇ ਫਿਰ ਉਸ ਤੋਂ ਅੱਗੇ 7-8 ਦੀਆਂ ਲਾਈਟਾਂ ਤੇ ਲੁੱਟ ਕੇ ਤੇ ਨਿਕਲ ਜਾਂਦੇ ਸੀ ਇਹਨਾਂ ਸਾਡੇ ਮੁਤਾਬਕ ਜਿਹੜੇ 3 ਤੇ ਸਾਡੇ ਕੋਲ ਇੱਕ ਸ਼ਿਵਜੋਤ ਚ ਇਹਨਾਂ ਨੇ ਮੰਨੀ ਹੈ ਇੱਕ ਸੁਹਾਣਾ ਇੱਕ ਜ਼ੀਰਕਪੁਰ ਤੇ 2-3 ਹੋਰ ਹੈ ਜਿਹੜੀਆਂ ਇਹਨਾਂ ਦਾ ਜਿਹੜਾ ਵੀ ਜਿਹੜਾ ਮਰਜ਼ੀ ਉਹ ਹੋਵੇ ਪਰ ਜ਼ਿਆਦਾਤਰ ਜਿਹੜਾ ਵੀ ਕੋਈ ਇਹਨਾਂ ਕੋਲ ਉਸ ਐਪ ਤੇ ਫਸ ਜਾਵੇ ਉਹਦੇ ਉਹਨਾਂ ਦੇ ਬੰਦੇ ਕੋਲ ਕਰ ਲੈਂਦੇ ਸੀ ਅਸਲਾ ਨੀ ਵਗੈਰਾ ਨੀ ਇਹਨਾਂ ਕੋਲ ਇੱਕ ਗੱਡੀ ਕਾਰ ਵਰਨਾ ਸੀਗੀ ਤੇ ਇੱਕ ਮੋਬਾਈਲ ਸੈਮਸੰਗ ਦਾ ਮੋਬਾਈਲ ਜਿਹੜਾ ਕਿ ਜਿਹੜਾ ਇਹਨਾਂ ਦਾ ਕਲਾਇੰਟ ਸੀ ਉਹਦੇ ਕੋਲ ਖੋਇਆ ਸੀਗਾ ਤੇ 2 ਇਹ ਲੈ ਕੇ ਭੱਜੇ ਹੋਏ ਆ ਇੱਕ ਵਿਸ਼ਾਲ ਗਿੱਲ ਹੈ ਇੱਕ ਰਾਹੁਲ ਹੈ ਸਰ ਹੋਰ ਵੀ ਕਈ ਜਗ੍ਹਾ ਇਹਨਾਂ ਦੇ ਕੇਸ ਹੈਗੇ ਆ ਇਹ ਅਸੀਂ ਹੁਣ ਇਨਵੈਸਟੀਗੇਸ਼ਨ ਚ ਵੇਖਾਂਗੇ ਵੀ ਹੋਰ ਜਗ੍ਹਾ ਤੇ ਹੈ ਅਜੇ ਤੱਕ ਜਿਹੜਾ ਪ੍ਰਿਲਿਮਨਰੀ ਉਹਦੇ ਤੇ ਇਹ ਅਜੇ ਫਰੈਸ਼ ਹੈ ਪਰ ਫਿਰ ਵੀ ਅਸੀਂ ਜਦੋਂ ਸਬੰਧਤ ਥਾਣਿਆਂ ਤੋਂ ਇਹਨਾਂ ਦਾ ਰਿਕਾਰਡ ਚੈੱਕ ਕਰਾਵਾਂਗੇ ਤੇ ਉਦੋਂ ਸਾਨੂੰ ਕੋਰਟ ਚ ਪੇਸ਼ ਕਰਦੇ ਨੇ ਹਾਂਜੀ ਇਹਨਾਂ ਦਾ 3 ਦਿਨ ਦਾ ਰਿਮਾਂਡ ਸੀਗਾ ਸਾਡੇ ਕੋਈ ਕੈਸ਼ ਵਗੈਰਾ ਵੀ ਬਰਾਮਦ ਹੋਇਆ ਕੀ ਕਹਿੰਦੇ ਨੇ ਕੈਸ਼ ਜਿਹੜਾ ਇਹਨਾਂ ਕੋਲ ਉਹ ਸੀਗਾ ਆਪਣੀਆਂ ਜੇਬਾਂ ਦਾ ਇਸ ਤਰ੍ਹਾਂ ਦੇ ਟ੍ਰੈਪ ਤੋਂ ਬਚਣ ਲਈ ਆਮ ਪਬਲਿਕ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਤੁਸੀਂ ਆਨਲਾਈਨ ਉਹ ਹੈ ਆਨਲਾਈਨ ਤੋਂ ਤੁਸੀਂ ਬੰਦਿਆਂ ਨੂੰ ਬੜਾ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਇਹਦੇ ਵਿੱਚ ਫਰੌਡ ਬੜੇ ਹੁੰਦੇ ਹਨ ਇਹ ਫਰੌਡ ਦੇ ਨਾਲ ਨਾਲ ਸਾਈਬਰ ਠੱਗੀ ਦੇ ਨਾਲ ਨਾਲ ਇੱਕ ਜਿਹੜੀ ਇਹ ਨਵੀਂ ਚੀਜ਼ ਆਈ ਹੈ ਇਹ ਮਤਲਬ ਵੀ ਲੋਕ ਵਿਦਾਊਟ ਐਨੀ ਕੋਈ ਪਲੇਸ ਤੇ ਆਪਣੀ ਆਇਡੈਂਟੀ ਨੂੰ ਡਿਸਕਲੋਜ਼ ਨਾ ਕਰਦੇ ਹੋਏ ਸੜਕ ਤੇ ਹੀ ਲੁੱਟ ਕੇ ਲੰਘ ਜਾਂਦੇ ਸੀ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਵੀ ਇਸ ਆਨਲਾਈਨ ਕਦੀ ਵੀ ਕੋਈ ਵੀ ਚੀਜ਼ ਹੈ ਉਹ ਤੁਸੀਂ ਬੜੇ ਅਵੇਅਰ ਹੋ ਕੇ ਕਰਨੀ ਚਾਹੀਦੀ ਹੈ ਵੈਸੇ ਤੇ ਇਹੋ ਜਿਹਾ ਬੰਦੇ ਨੂੰ ਮਾੜਾ ਕੰਮ ਕਰਨਾ ਹੀ ਨਹੀਂ ਚਾਹੀਦਾ ਪਰ ਫਿਰ ਵੀ ਜੇ ਜਿਹੜੇ ਇਸ ਕਰਕੇ ਤੁਹਾਨੂੰ ਅਸੀਂ ਇਹ ਕਹਿੰਦੇ ਵੀ ਹਨੀ ਟ੍ਰੈਪ ਤੋਂ ਬਚੋ